ਬਾਏ ਕਰ ਦੋ ਬਾਏ ਉਹ ਬਾਏ ਕਰ ਦੋ ਉਹ ਲਾਊਗਾ ਮੈਂ ਫੜਦਾ ਚੋਰਾ ਹੈ ਕਿਹੜੀ ਜਗ੍ਹਾ ਨਸੀਰਾਬਾਦ ਰਾਜਸਥਾਨ ਜੀ ਥੋੜਾ ਜਿਹਾ ਤੁਰਨ ਵਾਲਾ ਇਹਨੂੰ ਲੱਗ ਗਏ ਚੱਕਰ ਆਉਣ ਤੇ ਹੁਣ ਅਸੀਂ ਕਰਦੇ ਹਾਂ ਬੀਪੀ ਚੈੱਕ ਤੇ ਐਵਰੀਵਨ ਵੈਲਕਮ ਬੈਕ ਟੂ ਤੁਹਾਡਾ ਸਾਰਿਆਂ ਦਾ ਯੂਟਿਊਬ ਚੈਨਲ ਗੁਰਜਸ ਬਲੌਗਸ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਹੈ ਸੰਡੇ ਤੇ ਕਾਫੀ ਦਿਨਾਂ ਬਾਅਦ ਅਸੀਂ ਘਰ ਹੈ ਤੁਹਾਨੂੰ ਪਤਾ ਕਿ ਡੇਲੀ ਜਦੋਂ ਦੇ ਅਸੀਂ ਹੁਸ਼ਿਆਰਪੁਰ ਤੋਂ ਆਏ ਨਾ ਇੰਨਾ ਜ਼ਿਆਦਾ ਬਿਜੀ ਸਕੈਜੂਅਲ ਚੱਲਦਾ ਫਿਰ ਖਲਾਰਾ ਬਹੁਤ ਪਿਆ ਕਿਉਂਕਿ ਹਫ਼ਤਾ ਹੋ ਗਿਆ ਟਾਈਮ ਹੀ ਲੱਗਾ ਹੁਣ ਚੰਗੀ ਤਰ੍ਹਾਂ ਕਰਦੇ ਹਾਂ ਅੱਜ ਸਫਾਈ ਕੱਪੜੇ ਧੋਣ ਵਾਲੇ ਪਏ ਆ ਅਸੀਂ ਉੱਠੇ ਹਾਂ ਚਾਹ ਸਾਡੀ ਬਣ ਰਹੀ ਹੈ ਇੱਧਰ ਕੀ ਕਰ ਰਹੇ ਹੋ ਮੈਂ ਸਰ ਰਿਪਲਾਈ ਦੇ ਰਿਹਾ ਕਾਹਦੇ ਲਈ ਸਾਡੇ ਇੰਸਟਾਗ੍ਰਾਮ ਤੇ 600,000 ਫੋਲੋਵਰ ਹੋ ਗਏ ਹਾਲ ਤੱਕ ਇਹਨੇ ਨਹੀਂ ਵਧਾਈਆਂ ਦਿੱਤੀਆਂ ਹਾਂ ਵਧਾਈਆਂ ਦਿੱਤੀਆਂ ਤੂੰ ਵਧਾਈਆਂ ਕੰਪਲੀਟ ਜਿੱਦਾਂ ਤੁਸੀਂ ਸਾਨੂੰ ਉੱਥੇ ਸਪੋਰਟ ਕਰਦੇ ਹੋ ਇੰਦੀ YouTube ਤੇ ਵੀ YouTube ਤੇ ਵੀ ਕਰ ਦੋ 600,000 ਫਟਾਫਟ ਅਸੀਂ ਲੱਗੇ ਆ ਪੀਣ ਚਾਹ ਪੀ ਕੇ ਫੇਰ ਮੈਂ ਕਰੂੰਗੀ ਸਾਰੀ ਸਾਫ ਸਫਾਈ ਲਓ ਜੀ ਚਾਹ ਚੂ ਪੀ ਲਿਆ ਝਾੜੂ ਤਾਂ ਮੋਣ ਸਾਹਿਬ ਹੀ ਲਾਉਣਗੇ ਮੈਂ ਤਾਂ ਪੋਚੇ ਹੀ ਲਾਉਣਾ ਰਵੀ ਤੂੰ ਕੀ ਲਾਵੇਂਗਾ ਭਾਂਡੇ ਮਾਂ ਚੱਲ ਦੰਦ ਕੱਢ ਲੈ ਭਾਂਡੇ ਮਾਂਜਣ ਦੇ ਨਾਂ ਦੇ ਓਏ ਹੈਂ ਦਵਾਈ ਖਵਾ ਦੀ ਇਹਨੂੰ ਦੁਬਾਰਾ ਕੋਈ ਗੋਲੀਆਂ ਇਹਨੂੰ ਲੇਬਰ ਵਾਲੀ ਗੋਲੀ ਇਹ ਤੂੰ ਬੰਦਿਆਂ ਵਾਂਗੂ ਦਵਾਈ ਖਾ ਲੈ ਛਤਰਾਂ ਤੋਂ ਨੀ ਡਰਦੀ ਤੂੰ ਉਲਟੀ ਆ ਗਈ ਹੁਣ ਉਲਟੀ ਆ ਕਿਹੜੀ ਗੋਲੀ ਨਾਲ ਉਲਟੀ ਹੁੰਦੀ ਆ ਨਾ ਖਾ ਮਿੱਠੀ ਨਾਲ ਉਲਟੀ ਹੁੰਦੀ ਆ ਹੈਂ ਕੱਲ ਨੂੰ ਮੈਂ ਡਾਕਟਰ ਨੂੰ ਸਿੱਧਾ ਉੱਥੇ ਜਾ ਕੇ ਕਹਿਣਾ ਭਾਈ ਇਹ ਦਵਾਈ ਨਹੀਂ ਖਾਂਦੀ ਹੈਗੀ ਇਹਨੂੰ ਦਾਖਲ ਹੀ ਕਰ ਲਾ 4-5 ਜਿਹੜੇ ਰੱਖਣੇ ਆ ਯਾਰ ਦਰਦ ਘਟ ਰਿਹਾ ਕੁਛ ਰਾਹ ਤਾਂ ਜਮੀ ਘਟ ਗਈ ਸੀ ਹਲਾਂ ਦੀ ਤੜਕੇ ਵੀ ਕੁਛ ਨਹੀਂ ਦੁਖਦਾ ਫੇਰ ਕਦੋਂ ਦੁਖਣ ਲੱਗੇ ਫੇਰ ਮੇਰੇ ਹਲਾਂ ਦੁਖਣ ਲੱਗੇ ਤੇਰੀ ਮੂਰੀ ਪਾੜ ਦੀ ਲੈ 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 ਇਹ ਪਤਾ ਨਹੀਂ ਜੇ ਦੰਦ ਲੱਗੇ ਮੇਰੇ ਸਿਰ ਤਰੋਣ ਕੀ ਲੱਛਣ ਕਰਦੀ ਹੈ ਇਹਨੂੰ ਬੋਤਲ ਚਾਹੀਦੀ ਹੈ ਇਹਨੂੰ ਲਓ ਜੀ ਇੱਧਰ ਕਹਿੰਦੇ ਦਵਾਈ ਕੁੱਟੀ ਜਾ ਰਹੀ ਆ ਖਾਣੀ ਕਿਵੇਂ ਪਤਾ ਕਿੰਨੀ ਕੁ ਲੈ ਵੀਰ ਵਾਹ ਰਵੀ ਜਮਾਂ ਬਰੀਕ ਆਣਨੀ ਆ ਸਾਨਣੀ ਵਿੱਚ ਦੀ ਕੱਢ ਕੇ ਦੁਬਾਰਾ ਫੇਰ ਕੁੱਟਣੀ ਪੈਣੀ ਆ ਉਹ ਤਾਂ ਬਰੀਕ ਆ ਜਿਹੜੀ ਉਹ ਬਚਾਲੀ ਮਾਰਨਾ ਮੈਂ ਉਹਦਾ ਆਪੀ ਕੁੱਟੀ ਜਾਂਦਾ ਬਚਾਲੇ ਆਪੀ ਆਈ ਜਾਂਦੀ ਮੈਂ ਬਥੇਰੀ ਕੁੱਟਿਆ ਦਵਾਈ ਰਵੀ ਹੁਣ ਤਾਂ ਅੰਕਲ ਕੁੱਟ ਕਟਾਉਂਦਾ ਨੀ ਅੱਗੇ ਪਾਇਆ ਉੱਥੇ ਬੈਠ ਰਹਿੰਦਾ ਦੀ ਬਾਹਰਲੇ ਪਾਸੇ ਜਿਉਂ ਲਾਦਾ ਕੁੱਟਣ ਰਾਤ ਰਾਤ ਭਰ ਕੁੱਟੀ ਜਾਂਦਾ ਉੱਥੇ ਮੈਂ ਬਥੇਰੀ ਦਵਾਈ ਕਟਾਈ ਅੰਕਲ ਨੇ ਦਵਾਈ ਤਾਂ ਖਾਧੀ ਨੀ ਆਉਂਦੀ ਬੇ ਪਥਰੀ ਕਰਾ ਕੇ ਬੇ ਸਾਨੂੰ ਗਾਜੀ ਖਵਾਉਂਦਾ ਰਹੀ ਕਮੈਂਟ ਵੀ ਪਾਉਣੀ ਨਹੀਂ ਆਈ ਆਉਂਦਾ ਦੀਦੀ ਗਾਜੀ ਨਾ ਖਾਇਆ ਕਰੋ ਪਾਥਰੀ ਹੋ ਜੂ ਪਾਣੀ ਏ
ਚੜੀ ਚੜੀ ਐ ਥੋੜੀ ਹੁੰਦੀ ਆ ਜਿਹੜੀ ਇਹਦੀ ਗੈਸ ਦੀ ਨਿਕਲਦੀ ਆ ਹਵਾ ਜੀ ਨਾਲ ਗੈਸ ਦੀ ਚੰਗੀ ਤਰ੍ਹਾਂ ਬਰੀਕ ਕਰ ਦੇ ਕਾਕਾ ਬਰੀਕ ਚੰਗੀ ਤਰ੍ਹਾਂ ਅੰਮਾ ਸੱਟ ਲੱਗ ਜੀ ਉਹਦੇ ਜਿਹੜੇ ਹਿਸਾਬ ਨਾਲ ਮਾਰਦਾ ਮੈਂ ਮਾਰ ਦਾੜ ਦਾੜ ਨਹੀਂ ਉਹਦੇ ਸਿਰ ਚ ਮਾਰ ਕੇ ਦੇਖ ਦੇਖੀ ਪੀਚਰਾ ਨਿਕਲਦਾ ਨਾਲਾ ਇੱਥੇ ਬੈਠਣ ਨੂੰ ਵੀ ਮੁਸਕ ਆਈ ਜਾਂਦਾ ਜਿਵੇਂ ਕਿਵੇਂ ਉੱਪਰ ਨੂੰ ਉੱਠਦੀਆਂ ਨੇ ਖੁਸ਼ਬੂਆਂ ਤੇਰੀਆਂ ਹੋਰ ਡੈਡੀ ਕਹਿੰਦਾ ਕੈ ਦਿਨ ਹੋ ਗਏ ਮੈਂ ਤਾਂ ਆਪ ਨੀ ਦੇਖਿਆ ਪਰਸ ਨੂੰ ਉਹਦੀ ਨੂੰ ਚੱਲ ਉੱਠ ਕੇ ਨਾ ਤੂੰ ਵੀ ਨਾਲ ਕਿਹੜੇ ਵਜੇ ਨਹਾਉਣਾ ਤਿੰਨ ਵਜੇ ਸ਼ਾਮ ਨੂੰ ਦੇਖਿਆ ਤਾਂ ਹੈ ਨੀ ਕਦੇ ਨਹਾਉਂਦਾ ਹੁਣ ਤੂੰ ਵੀ ਕਹਿੰਦੀ ਕਿ ਸੁੱਤੇ ਪਏ ਤੇ ਹਾਂਜੀ ਮੋਹਨ ਸਾਹਿਬ ਫਰਨੈਲ ਵਾਲਾ ਪੋਚਾ ਲੱਗ ਜੂ ਅੱਜ ਤਿਆਰ ਰਵੀ ਲੱਗਿਆ ਸਾਨਣ ਹੁਣ ਇੱਧਰ ਮੋਹਨ ਸਾਹਿਬ ਲੱਗੇ ਨੇ ਭਾਂਡੇ ਧੋਣ ਹਾਂਜੀ ਲਓ ਜੀ ਅੱਜ ਭਾਜੀ ਹੋਣੀ ਆਏ ਨੇ ਕੱਲ ਵੀ ਭਾਜੀ ਹੋਣੀ ਆਏ ਅੱਜ ਭਾਜੀ ਹੋਣੀ ਮਾਨਸੇ ਤੋਂ ਆਏ ਨੇ ਮੂਸੇ ਪਿੰਡ ਦੇ ਨਾਲ ਪਿੰਡ ਆ ਭਾਜੀ ਉਹਨਾਂ ਦਾ ਹੈਲੋ ਕਰਦੇ ਹਾਂ ਜੀ ਕਦੋਂ ਫ੍ਰੀ ਹੋਣਾ ਅੱਧੇ ਪਏ ਉਹ ਮੀਂਹ ਆ ਗਿਆ ਉੱਪਰ ਰੋਟੀ ਪੁੱਛ ਲੈਣੀ ਤੀ ਭੁੱਲ ਗਏ ਜਾ ਅਤੇ ਹਾਲੇ ਤੱਕ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਫਿਰ ਆਪਾਂ ਜਾਣਾ ਧੂਰੀ ਅਤੇ ਜਿੱਦਾਂ ਤੁਹਾਨੂੰ ਪਤਾ ਹੀ ਆਪਾਂ ਜਾਣਾ ਕਿਤੇ ਹੈ ਨਾ ਸਮਾਨ ਜਿਹਾ ਲੈ ਆਈਏ ਸ਼ੁਕਰ ਆ ਇਹ ਵੀ ਹੱਸੀ ਮਾੜਾ ਮੋਟਾ ਬਿਮਾਰੀ ਦਾ ਘਰ ਰਵੀ ਵੀ ਜਵਾਕਾਂ ਨੂੰ ਇਹਨੂੰ ਬਹੁਤ ਖਿਲਾਉਣ ਦਾ ਚਾਅ ਚੜਦਾ ਉਹ ਜੀ ਕਾਕਾ ਸਾਡਾ ਹੁਣ ਚੱਲਾ ਬਾਏ ਕਰ ਦੋ ਬਾਏ ਕਰ ਦੋ ਬਾਏ ਉਹ ਬਾਏ ਕਰ ਦੋ ਕਰ ਹੀ ਬਾਏ ਕਰ ਦੋ ਧੋ ਲੋ ਕੱਪੜੇ ਫਟਾਫਟ ਫਿਰ ਚੱਲੀਏ ਮੈਂ ਵੀ ਨਹਾਲਾ ਫਿਰ ਐ ਕਰ ਫਰਕ ਆ ਕੁਛ ਹੈ ਦਰਦ ਹਟ ਗਿਆ ਦਰਦ ਹੈ ਦਰਦ ਹਟ ਗਿਆ ਹੈ ਢਿੱਡ ਲਾ ਕੇ ਦੇਖਾ ਸੁਣ ਫੜਾ ਰਾ ਬਾਈ ਡੈਡੀ ਤੇ ਲੱਗੀ ਉਹਦੀ ਵੱਧ ਲੱਗ ਗਈ ਇਹ ਤਾਂ ਨਾੜਾਂ ਲੱਗ ਗਈ ਕਦੋਂ ਲੱਗ ਗਈ ਵੱਧ ਜੋ ਡੇਂਗੂ ਹੈ ਦੀ ਪਰ ਕਿੱਡੀ ਲੱਗੀ ਉਹ ਨਿਸ਼ਾਨ ਜਹਾਲ ਤੱਕ ਇੱਧਰ ਤੇਰੇ ਪੱਕੀ ਲਈ ਦੀ ਪੱਕੀ ਲਈ ਦੀ ਰਵੀ ਤੂੰ ਲਾ ਲੈ ਰਵੀ ਲੈ ਲਾ ਦੇ ਉਹ ਲਾਊਗਾ ਮੈਂ ਫੜਦਾ ਕਰ
ਐਨਾ ਘਟਾਉਂਦੇ ਰਵੀ ਹੋ ਜਾ ਭਾਈ ਐਡਮਿਟ ਕਰਾ ਦੋ ਤਾਂ ਲੱਗਿਆ ਨਹੀਂ ਆਈ ਮੰਮੀ ਦੀ ਬਣੀ ਆ ਸੂਈ ਦਾ ਤਾਂ ਪਤਾ ਵੀ ਨਹੀਂ ਲੱਗਿਆ ਕਿਹੜੇ ਵੇਲੇ ਲੱਗ ਗਈ ਬੋਤਲ ਦੇ ਅੰਦਰ ਜਾਣਾ ਪੈਣਾ ਬੋਤਲ ਅੰਦਰ ਲਾਵਾਂਗੇ ਕਿਉਂਕਿ ਬਾਹਰ ਮੀਂਹ ਪੈਣ ਵਾਲਾ ਜਿੰਨੇ ਹੁਣ ਕੱਪੜੇ ਧੋਤੇ ਸੀ ਹੁਣ ਅਸੀਂ ਸੋਫਿਆਂ 'ਚ ਪਾਵਾਂਗੇ ਸਾਰੇ ਲਓ ਜੀ ਛੋਟੀ ਤੇ ਲਾਤੀ ਸੀ ਡ੍ਰਿਪ ਤੇ ਹੁਣ ਉਹ ਪਈ ਹੈਗੀ ਆਪਾਂ ਚੱਲਿਆਂਗੇ ਧੂਰੀ ਅੱਧੀ ਕੁ ਲੱਗ ਗਈ ਆ ਦੇਖੋ ਬਣੇ ਓਏ ਬਣੇ ਠੀਕ ਆ ਕੁਛ ਖਾਣਾ ਕੀ ਖਾਣਾ ਤਰਬੂਜ ਹਦਵਾਣਾ ਕਹਿੰਦੀ ਹਾਂ ਤਰਬੂਜ ਹੋਰ ਗੰਨੇ ਦਾ ਜੂਸ ਪੀਵੇਂਗੀ ਦਰਦ ਹਟ ਗਿਆ ਹੈਂ ਚੱਕਰ ਆਉਂਦੇ ਨੇ ਹੁਣ ਠੀਕ ਆ ਸਾਰਾ ਕੁਛ ਇਹ ਕੁੜੀ ਦੀ ਨਹੀਂ ਸਮਝ ਲੱਗਦੀ ਸਾਨੂੰ ਦੇਖਦੇ ਹਾਂ ਜੇ ਕੱਲ੍ਹ ਤੱਕ ਠੀਕ ਹੋ ਗਈ ਠੀਕ ਆ ਨਹੀਂ ਫਿਰ ਕੱਲ੍ਹ ਨੂੰ ਡਾਕਟਰ ਨੂੰ ਪੁੱਛ ਕੇ ਇਹਨੂੰ ਐਡਮਿਟ ਹੀ ਕਰਾ ਦਾਂਗੇ ਬਹੁਤ ਔਖਾ ਹੋਇਆ ਪਿਆ ਹੈਗਾ ਤੇਰੀ ਕੀ ਸਲਾਹ ਕੀ ਰਵੀ ਤੂੰ ਵੀ ਹੁਣ ਕੰਮ ਸਿੱਖਦਾ ਪਿਆ ਤੈਨੂੰ ਕੀ ਲੱਗਦਾ ਤੈਨੂੰ ਦਾਖਲ ਕਰਨੀ ਚਾਹੀਦੀ ਕਿ ਨਹੀਂ ਕੱਲ੍ਹ ਤੱਕ ਦੇਖਣੀ ਆ ਕੱਲ੍ਹ ਤੱਕ ਦੇਖ ਲੈਂਦੇ ਹਾਂ ਉੱਧਰ ਦਵਾਈ ਤਾਂ ਲਿਆਉਂਦੀ ਸੀ ਡ੍ਰਿਪ ਆਪਾਂ ਆਪਣੇ ਕੋਲ ਹੀ ਲਾਈ ਹੈਗੀ ਕਿਉਂਕਿ ਡਾਕਟਰ ਨੇ ਤਾਂ ਕਿਹਾ ਨਹੀਂ ਸੀ ਡ੍ਰਿਪ ਲਾਉਣ ਉਹਨੇ ਤਾਂ ਦਵਾਈ ਲਿਖੀ ਸੀ ਉਹ ਆਪਾਂ ਖਵਾ ਰਹੇ ਹਾਂ ਪਰ ਦਵਾਈ ਜਿਹੜਾ ਖਾ ਰਹੀ ਆ ਕੱਢ ਦਿੰਦੀ ਉਲਟੀਆਂ ਕਰਕੇ ਜਿਵੇਂ ਨਿਆਣੇ ਹੁੰਦੇ ਆ ਹੋਰ ਇਸ ਕਰਕੇ ਡ੍ਰਿਪ ਨੇ ਕੰਮ ਸਾਰ ਡ੍ਰਿਪ ਨਾਲ ਕੰਮ ਸਾਰਦੇ ਤੇ ਭਾਅ ਜੀ ਹੁਣੀ ਵੀ ਆ ਗਏ ਸੀਗੇ ਅੱਜ ਉੱਧਰੋਂ ਮਾਨਸਾ ਤੋਂ ਤੇ ਛੋਟੀ ਮਾਨਸਾ ਸ਼ਾਇਦ ਕਹਿ ਰਹੇ ਸੀਗੇ ਨਾ ਪਿੰਡ ਦਾ ਨਾਮ ਤੇ ਉਦੋਂ ਕੱਪੜੇ ਵਗੈਰਾ ਧੋਂਦੇ ਸੀਗੇ ਮੈਂ ਪਿੰਡ 'ਚ ਦਵਾਈ ਦੇਣ ਗਿਆ ਜੀ ਹੁਣ ਆਪਾਂ ਥੋੜ੍ਹਾ ਜਿਹਾ ਫਰੀ ਹੋਇਆਂਗੇ ਅਤੇ ਇਹਦੇ ਵਾਸਤੇ ਸਮਾਨ ਲੈ ਕੇ ਆਉਣਾ ਸੀ ਖਾਣ ਪੀਣ ਨੂੰ ਹਦਵਾਣਾ ਹਦਵੂਣਾ ਜੇ ਕਹਿੰਦੀ ਵੀ ਆ ਦੋ ਦਿਨ ਹੋ ਗਏ ਇਹਨੂੰ ਕਹਿੰਦੀ ਤਰਬੂਜ ਵਲੌਗ ਨਾਲ ਬਣੇ ਰਹੋ ਘਰ ਹੀ ਨਹੀਂ ਸਹੀ ਗੱਲ ਆ ਬਿਮਾਰ ਬਿਮਾਰੀ ਚੱਲਦੀ ਵੀ ਹੈ ਨਾ ਘਰੇ ਤਾਂ ਕਰਕੇ ਸਿਆਪੇ ਸਾਰੇ ਚਲੋ ਠੀਕ ਹੈ ਮਿੱਤਰੋ ਵਲੌਗ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਾਡੇ ਨੂੰ ਆਹ ਦੇਖ ਲਓ ਬਾਕੀ ਤੁਸੀਂ ਇੱਧਰ ਦੀ ਦਿਖਾਉਣਾ ਮੈਂ ਮੁੜ ਕੇ ਚਲੋ ਹੁਣ ਅਸੀਂ ਚੱਲੇ ਕਿਉਂਕਿ ਅੱਜ ਬਹੁਤ ਜ਼ਿਆਦਾ ਬਿਜੀ ਸੀ ਅਤੇ ਹੁਣ 5 ਵੱਜ ਗਏ ਹੁਣ ਆਪਾਂ ਫ੍ਰੀ ਹੋਏ ਹਾਂ ਸਮਾਨ ਲੈ ਕੇ ਆਉਣਾ ਮਾੜਾ ਮੋਟਾ ਕੱਲ੍ਹ ਵੀ ਟਾਈਮ ਲੱਗਣਾ ਕੱਲ੍ਹ ਫਿਰ ਆਪਾਂ ਜਾਵਾਂਗੇ ਡਾਕਟਰ ਦੇਣ ਲੈ ਕੇ ਹੈ ਨਾ ਅਤੇ ਮੈਂ ਜਾਣਾ ਥੋੜ੍ਹਾ ਬਹੁਤ ਕਿਤੇ ਬਾਹਰ ਤਾਂ ਕਰਕੇ ਛੋਟੀ ਜਲਦੀ ਜਲਦੀ ਠੀਕ ਹੋ ਜਾਏ ਨਹੀਂ ਪਿੱਛੇ ਸਾਨੂੰ ਟੈਂਸ਼ਨ ਲੱਗੀ ਰਹਿਣੀ ਆ ਅਸੀਂ ਮਿਲਦਾ ਉਸੇ ਸ਼ਹਿਰ ਮੇਂ ਕਿਹੜੀ ਚੀਜ਼ ਹੈ ਦੀਦੀ ਕਚੋਰਾ ਕਚੋਰਾ ਹੈ ਕਿਹੜੀ ਜਗ੍ਹਾ ਨਸੀਰਾਬਾਦ ਰਾਜਸਥਾਨ ਰਾਜਸਥਾਨ ਦਾ ਕਚੋਰਾ ਹੈ ਮੈਂ ਤੇ ਮਿਲਦਾ ਹੀ ਹੈ ਬਸ ਅੱਛਾ ਟੇਸਟ ਕਰਕੇ ਦੱਸੋ ਪਾਣੀ ਥੋੜਾ ਥੋੜਾ ਕਰਕੇ ਹੁਣ ਦੀਦੀ ਲੈ ਕੇ ਆਇਆ ਕਚੋਰੀ ਪਹਿਲਾਂ ਖਾਦਾ ਪਾ ਕਚੋਰਾ ਪਹਿਲਾਂ ਕਚੋਰਾ ਪਰ ਸਵਾਦ ਬਹੁਤ ਆ ਧਮਾਕੇਦਾਰ ਮਿਰਚ ਕੋਈ ਹੋਰ ਛੱਡੋ ਪਾਣੀ ਹਾਂ ਆਹ ਖਾ ਕੇ ਦੱਸੋ ਤੁਸੀਂ ਇੱਕ ਕਚੋਰੀ ਹੈ ਭੂਜੀ ਚਾਹ ਚ ਡਬੋਰਾ ਦੀ ਮੈਂ ਚਾਹ ਚ ਡਬੋ ਕੇ ਖਾਂਦੇ ਮੈਂ ਤਾਂ ਉਦਾਂ ਹੀ ਖਾਣ ਲੱਗੀ ਉਹ ਨਹੀਂ ਉਹਦਾ ਪੈਟਿਸ ਅੱਛਾ ਉਹ ਵੀ ਕਿਸੇ ਦਾ ਮਸਾਲਾ ਨਹੀਂ ਹੈ ਅੱਛਾ ਅਜੇ ਨਵੀਂ ਨਵੀਂ ਚੀਜ਼ਾਂ ਟਰਾਈ ਕੀਤੀਆਂ ਸਾਰੀਆਂ
ਦਵਾਣਾ ਕਿਉਂਕਿ ਛੋਟੀ ਕਹਿੰਦੀ ਮੈਂ ਦਵਾਣਾ ਖਾਣਾ ਬਿਮਾਰ ਆ ਨਾ ਇਸ ਕਰਕੇ ਕੀ ਵੀ ਆ ਗਿਆ ਘਰ ਵੀ ਜਾਣਾ ਅਸੀਂ ਫਟਾਫਟ ਖਾ ਕੇ ਦੇਖਣਾ ਦਵਾਣਾ ਲਿਆ ਤੈਨੂੰ ਦਵਾਣਾ ਦੋ ਕੱਟ ਕੇ ਫ੍ਰਿਜ ਚ ਰੱਖ ਉਹ ਕਿਹੜਾ ਖਾਂਦੀ ਹੈ ਦਵਾਣਾ ਖਾ ਲੈਂਦੀ ਹੈ ਉਹਨੂੰ ਫੜਾ ਦੋ ਇਹਦੀ ਪੀਸ ਕੱਟ ਕੇ ਇਹਨੂੰ ਫ੍ਰਿਜ ਚ ਰੱਖ ਦੇ ਮੈਂ ਠੰਡਾ ਹੋ ਜਾਊਗਾ ਰੱਖ ਲੈ ਉਹ ਲੈ ਦੇਖ ਲਓ ਸਾਡੀ ਸੱਗੂ ਦਵਾਣਾ ਵੀ ਖਾਂਦੀ ਹੈ ਕਿੰਨੇ ਦਿਨਾਂ ਦੇ ਬੇਰ ਪਏ ਆ ਖਾਧੇ ਹੀ ਨਹੀਂ ਬੇਰ ਖਾਓਗੇ ਕਿੰਨੇ ਦਿਨ ਹੋ ਗਏ ਮੈਂ ਕਿਹਾ ਖਾਧੇ ਨਹੀਂ ਟਾਈਮ ਹੀ ਨਹੀਂ ਲੱਗਾ ਧੋ ਕੇ ਲੈ ਕੇ ਆਉਂਦੀ ਆਂਟੀ ਨੇ ਭੇਜੇ ਤੇ ਵਿਚਾਰੀ ਉਹਦਾ ਬੱਸ ਚੱਲੇ ਨਾ ਉਹਦੀ ਕੁਰਸੀ ਤੇ ਚੜ ਕੇ ਸੱਚੀ ਆਂਟੀ ਨੇ ਭੇਜਿਆ ਇਹ ਆ ਤਾਂ ਦੇਖੋ ਹੈ ਮੈਂ ਕਿਹਾ ਉਹਦਾ ਬੱਸ ਚੱਲੇ ਦੀ ਕੁਰਸੀ ਤੇ ਚੜ ਜਾਵੇ ਆ ਸਾਰਾ ਤੂੰ ਡਾਡਾ ਆਈ ਖਾਵੇਂ ਕਿਉਂ ਦਾ ਤੂੰ ਜਿਹੜਾ ਹੱਥ ਚ ਆ ਉਹ ਤਾਂ ਖਾ ਲਾ ਇਹ ਸਾਰਾ ਤੇਰੀ ਆ ਬੁੱਤ ਕੋਈ ਤੈਨੂੰ ਜ਼ਿਆਦਾ ਕਾਰੀ ਨੂੰ ਆਪਾਂ ਬੱਸ ਸਾਬੂਆ ਆ ਹੁਣ ਪਾ ਦੇ ਹੁਣ ਖਾ ਦੀ ਸਾਰਾ ਓਏ ਓਏ ਨੀਤੜੀ ਲਓ ਜੀ ਚੁੱਲ੍ਹੇ ਤੇ ਲੈ ਰਹੀਆਂ ਨੇ ਰੋਟੀਆਂ ਇੱਧਰ ਉੱਪਰੋਂ ਮੌਸਮ ਖਰਾਬ ਕਿਨ ਮਿਨ ਜੀ ਪਈ ਜਾਂਦੀ ਆ ਮੀਂਹ ਪੈਂਦੇ ਜੀ ਰੋਟੀਆਂ ਦੀ ਤਿਆਰੀ ਹੈ ਹਾਂ ਵੀ ਰਵੀ ਕੀ ਖਾ ਰਹੇ ਆ ਇੱਧਰ ਤੜਕਾ ਲੱਗਣ ਦੀ ਤਿਆਰੀ ਆ ਕਾਹਦੀ ਦਾਲ ਨੂੰ ਤੜਕਾ ਲਾ ਰਹੇ ਮੋਹਨ ਸਾਹਿਬ ਮਸਰਾ ਮੂੰਗੀ ਨੂੰ ਤੜਕਾ ਲਾ ਰਿਹਾ ਹੈਗਾ ਮੰਮੀ ਤੂੰ ਗੈਸ ਤੇ ਲਾ ਰਹੀ ਕਿ ਚੁੱਲ੍ਹੇ ਤੇ ਮੁੰਡੇ ਦੀ ਟੈਨਸ਼ਨ ਨੀ ਹੈਗੀ ਨਾ ਨੂੰਹ ਦੀ ਟੈਨਸ਼ਨ ਆ ਸਾਰਿਆਂ ਨੇ ਪੋਦਿਨ ਥੋੜਾ ਬੀਜਾ ਗਿਆ ਕਿੱਥੇ ਜਾਣਾ ਜਾਣਾ ਗਾ ਨਹੀਂ ਜਾਣਾ ਹੁਣ ਉਸ ਨੂੰ ਅਸੀਂ ਦੱਸਾਂਗੇ ਕਿਉਂਕਿ ਸਾਡੇ ਘਰ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੋ ਗਈ ਆ ਤੇ ਉਹਦੇ ਤੇ ਅਸੀਂ ਇੱਕ ਬਲੌਗ ਬਣਾ ਦੇਣਾ ਐਕਸਟਰਾ ਮੰਮੀ ਨਹੀਂ ਜਾਣ ਦਿੰਦੀ ਮੰਮੀ ਜੇ ਪੱਗ ਜੀ ਮੰਮੀ ਕਹਿੰਦੀ ਮਰਨ ਵਾਲੇ ਪਹਿਲੇ ਆ ਉਹਦੇ ਅਸੀਂ ਬਲੌਗ ਬਣਾਵਾਂਗੇ ਜਾਣਾ ਕਿ ਨਹੀਂ ਜਾਣਾ ਸਾਡੇ ਮਤਲਬ ਦੋ ਮਨ ਹੋਇਆ ਪਿਆ ਜਾ ਵੀ ਸਕਦੇ ਨਹੀਂ ਵੀ ਜਾ ਸਕਦੇ ਹੈ ਨਾ ਤੇ ਦੱਸਾਂਗੇ ਤੁਹਾਨੂੰ ਅਸੀਂ ਤੜਕਾ ਲੱਗੂ ਤੜਕਾ
ਆਪਣੇ ਘਰੇ ਕੋਈ ਗ੍ਰਹਿ ਡਿੱਗਦਾ ਜਾਂ ਨਜ਼ਰ ਲੱਗੀ ਆ ਕੁਛ ਤਾਂ ਹੈਗਾ ਰੋਟੀ ਖਾਣ ਨੂੰ ਰੋਟੀ ਖਾਣ ਨੂੰ ਜੀ ਨੀ ਕਰਦਾ ਹੈਗਾ ਹੁਣ ਵੀ ਮੈਂ ਸੱਚ ਤਾਂ ਹੁਣ ਮੇਰਾ ਮੂਡ ਨੀ ਹੈ ਰੋਟੀ ਖਾਣ ਦਾ ਇੱਕ ਢਿੱਡ ਲਈ ਖਾਣੀ ਪੈਣੀ ਨੀ ਬਿਮਾਰ ਹੋ ਜੂ ਮੈਂ ਵੀ ਗਰਮੀ ਭਰ ਜਾਣੀ ਪੇਟ ਚ ਸਾਰਾ ਦਿਨ ਸੜਕਾਂ ਤੇ ਨਿਕਲ ਜਾਂਦਾ ਸਾਰਾ ਦਿਨ ਸੱਚੀ ਮੋਟਾ ਮੋਟਾ ਕੰਮ ਕੀਤਾ ਖਾਣਾ ਵੀ ਨੀ ਸਿਖਾਲਾ ਗਿਆ ਉਹ ਵੀ ਔਖਾ ਆਹ ਦੇਖੋ ਮਤਲਬ ਪਤਾ ਨੀ ਕੀ ਸਾਡੇ ਘਰ ਚ ਹੋਇਆ ਪਿਆ ਦੇਖੋ ਆਹ ਆਹ ਰੋਟੀ ਏਦਾਂ ਹੀ ਪੀਣੇ ਸਵੇਰ ਦੀ ਖਾਣ ਨੂੰ ਜੀ ਨੀ ਕਰਦਾ ਮੰਮੀ ਜ਼ਿਆਦਾ ਕੋਈ ਵੀ ਠੀਕ ਨੀ ਹੈਗਾ ਅਕਤੂਬਰ ਮਹੀਨੇ ਤੋਂ ਸਾਡਾ ਪ੍ਰੋਸੈਸ ਚੱਲਦਾ ਪਿਆ ਹੈਗਾ ਹੁਣ ਫੇਰ ਮੇਰੇ ਚਿਕਨ ਪੌਕਸ ਹੋ ਗਈ ਆ ਦੇਖੋ ਇਹਨਾਂ ਦੇ ਚਿਕਨ ਪੌਕਸ ਹੋ ਗਈ ਕੀ ਬਣੂ ਸਾਡੇ ਘਰ ਦਾ ਸਮਝ ਨਹੀਂ ਲੱਗਦੀ ਕੀ ਕਰਨੀ ਬਲੌਗ ਦੇਖਦੀ ਪਈ ਕੀ ਹੋ ਗਿਆ ਸਿਰ ਦੁਖਦਾ ਪਿਆ ਹੈ ਕਿੱਥੇ ਢਿੱਡ ਚ ਚੱਕਰ ਤਾਂ ਨਹੀਂ ਆਉਂਦੇ ਹੁਣ ਹੈ ਸਾਰਿਆਂ ਦੀ ਭੂਤ ਨਹੀਂ ਘੁਮਾਈ ਪਈਆਂ ਨੇ ਕਿੱਥੇ ਇੰਨੀ ਹੱਸਦੀ ਖੇਡਦੀ ਨਜ਼ਰ ਲੱਗੀ ਤੈਨੂੰ ਕਮੈਂਟ ਕਰ ਦਿੰਦੇ ਨਾ ਕਿੰਨਾ ਬੋਲਦੀ ਆ ਕਿਵੇਂ ਬੋਲਦੀ ਆ ਜੇ ਉਹ ਵਿਚਾਰੀ ਛੋਟੀ ਨੂੰ ਕਿਵੇਂ ਰੁੱਖੀ ਜੀ ਮੇਰਾ ਯਾਰ ਸੱਚੀ ਨੂੰ ਦੇਖ ਕੇ ਮੈਨੂੰ ਤਾਂ ਹੋਰ ਹੀ ਹੋਈ ਜਾਂਦਾ ਕੀ ਬਣ ਗਈ ਆ ਇਹ ਇਹੀ ਜੀ ਪਥਾਣਾ ਤੇ ਤਾਂ ਉਹੀ ਨਹੀਂ ਹੁੰਦਾ ਸੀਗਾ ਤੇਰੀ ਭਾਬੀ ਬਾਹਣੇ ਰੋਣ ਲੱਗ ਗਈ ਅਬ ਜੋਤ ਦਾ ਮੈਸੇਜ ਆਇਆ ਭਾਜੀ ਕਹਿੰਦੇ ਵੀਰ ਜੀ ਟਾਈਮ ਕੱਢ ਕੇ ਦਰਬਾਰ ਸਾਹਿਬ ਮੱਥਾ ਟੇਕ ਕੇ ਆਓ ਜ਼ਰੂਰ ਸਾਰੇ ਪਰਿਵਾਰ ਨਾਲ ਤੇ ਵੀਰੇ ਨਾਲੇ ਅਰਦਾਸ ਕਰਨ ਬਣਦਾ ਪਿਆ ਗਾ ਤੇ ਘਰ ਦਾ ਔਖਾ ਹੋ ਜਾਂਦਾ ਪਿੱਛੇ ਸਾਡੇ ਘਰ ਨਹੀਂ ਕੋਈ ਹੈਗਾ ਦੇਖਣ ਵਾਲਾ ਨਾ ਤਾਂ ਮੱਝਾਂ ਕਰਕੇ ਕਿਉਂਕਿ ਡੈਡੀ ਵੀ ਬਿਮਾਰ ਡੈਡੀ ਤੋਂ ਡੈਡੀ ਨੂੰ ਦੇਖਦੇ ਇੱਥੇ ਫਿਰ ਮਾਸੀ ਮਾਸੜ ਨੂੰ ਛੱਡ ਕੇ ਜਾਣਾ ਪੈਣਾ ਮਾਸੜ ਸਾਡੇ ਨੇ ਵੀ ਨਾਲ ਹੀ ਜਾਣਾ ਹੁਣ ਘਰੇ ਕਿਹਨੂੰ ਛੱਡ ਕੇ ਜਾਵਾਂਗੇ ਮਾਮਾ ਵਿਚਾਰਾ ਉਹ ਕੰਮ ਤੇ ਜਾਂਦਾ ਉੱਥੋਂ ਨੂੰ ਮਤਲਬ ਇੱਦਾਂ ਦਾ ਮਾਮੇ ਦਾ ਕੰਮ ਉਹਨੂੰ ਵਿਚਾਰ ਨੂੰ ਉੱਥੋਂ ਛੁੱਟੀ ਨਹੀਂ ਦਿੰਦੇ ਹੈਗੇ ਉਹ ਮਾਸੜ ਮੇਰਾ ਦੂਸਰਾ ਉਹ ਊਂ ਫੈਕਟਰੀ 'ਚ ਜਾਂਦਾ ਵਿਚਾਰਾ ਉੱਥੇ ਉਹ ਜੇ ਉਹ ਕੰਮ ਤੋਂ ਹਟਦਾ ਤਾਂ ਉਹਨੂੰ ਹਟਾ ਦਿੰਦੇ ਨੇ ਰਵੀ ਦਾ ਡੈਡੀ ਹੈਨਾ ਰਵੀ ਕਿਵੇਂ ਮੰਜਿਆਂ 'ਤੇ ਬੈਠਣੇ ਜਿਵੇਂ ਚੌਲ ਖਵਾਉਣੇ ਹੁੰਦੇ ਇਹਨਾਂ ਨੂੰ ਚੌਲ ਖਾ ਲੇ ਅਤੇ ਮੈਂ ਡਾਕਟਰ ਨੂੰ ਕਹਿ ਦੂੰਗਾ ਜੇ ਤਾਂ ਇੱਥੋਂ ਕੋਈ ਟ੍ਰੀਟਮੈਂਟ ਕਰਨਾ ਬੋਤਲ ਆਥਣ ਤੱਕ ਨੂੰ ਦੱਸ ਰੱਖਣਾ ਰੱਖ ਲਾ ਮੈਂ ਸਿੱਧੇ ਹੀ ਕਹਿ ਦੂੰ ਡਾਕਟਰ ਨੂੰ ਕਿਉਂਕਿ ਘਰੇ ਤਾਂ ਇਹ ਦਵਾਈ ਖਾਂਦੀ ਨਹੀਂ ਹੈਗੀ ਹੁਣ ਖਾ ਲਈ ਰਵੀ ਡਰਦਾ ਹੈ ਵੀ ਮੈਨੂੰ ਕੁੱਟੂ ਪੀਣ ਵਾਲੀ ਪੀ ਲਈ ਲੋ ਜੀ ਜਿੱਦਾਂ ਰੋਜ਼ ਹੀ ਬਿੱਲਾ ਆਉਂਦਾ ਗਾ ਤੇ ਅੱਜ ਫੇਰ ਆ ਗਿਆ ਹਾਂ ਵੀ ਇਹ ਡੈਡੀ ਨਾਲ ਬਹੁਤ ਲੜ ਕਰਦਾ ਕੀ ਕਰਦਾ ਕੀ ਚੱਜ ਕਰਨ ਲੱਗਿਆ ਵੇ ਦੇਖੀ ਤੇ ਜ਼ਖਮ ਸੁੱਕ ਗਿਆ ਜ਼ਖਮ ਦਾ ਡੈਡੀ ਦਾ ਹੋ ਗਿਆ ਤੇਲ ਤਾਂ ਪਾਇਆ ਦੀ ਦੇ ਪਾਇਆ ਦੀ ਲਵਾਇਆ ਨਹੀਂ ਹਲਾ ਲਵਾਉਂਦਾ ਨਹੀਂ ਭੱਜ ਜਾਂਦਾ ਭੱਜ ਜਾਂਦਾ ਨਾ ਫੜ ਲੈ ਡੈਡੀ ਇੱਕ ਦਿਨ ਨੂੰ ਪਿੱਛੋਂ ਦੀ ਬੋਰੀ ਨਾ ਫੜ ਲਾ ਨਾਲੇ ਬੈਠੇ ਦੀ ਪਾਇਆ ਜਾਵੇ ਤੇ ਬੈਠੇ ਤੇ ਸਿਰਿੰਜ ਨਾ ਪਾਉਣਾ ਲਾ ਦੋ ਲੀਰ ਲੀਰ ਸਿਰਿੰਜ ਨਾ ਪਾਉਣਾ ਪੈਣੀ ਲੀਰ ਸਿਰਿੰਜ ਭਰ ਕੇ ਨਾ ਜਦ ਦੁੱਧ ਪੀਵੇ ਚੱਕ ਦਿੰਦਾ
ਤਰਬੂਜਾ ਬਾਹਰ ਆ ਰਿਹਾ ਹੁਣ, ਲੜੀ ਇਹਦੇ ਨੀ ਕੱਟ ਦਿੰਦੇ, ਮਸਾਲਾ ਲੱਗਿਆ ਹੋਇਆ ਵਧੀਆ, ਨੂਰ ਸੜਕਣ ਦੀ ਲੋੜ ਨੀ ਪੈਣੀ। ਇਹਦੂ ਆ ਕੇ ਮੈਂ ਕੱਟਿਆ ਕੁਛ ਛੋਟੇ ਹੁੰਦੇ ਕੌਣ ਖਾਂਦਾ ਤੁਸੀਂ? ਛੱਡ ਦੇ ਕਦੀ ਵੋਚ ਵੋਚ ਕੇ ਕਹਿੰਦੀ ਸੀ ਕੋਈ ਛੋਲਾ ਵਾਲੇ ਛੱਡ ਦੇ ਕਦੀ ਰੋਟੀ ਖਾਣ ਦੀ ਤਿਆਰੀ। ਉਹ ਖਾ ਕੇ ਇੰਨੀ ਨੀਤੜੀ ਆ ਨਾ ਇਹ, ਇੰਨੀ ਨੀਤੜੀ ਆ ਪਤਾ, ਇੰਨਾ ਜਾਬੜ ਖਾ ਕੇ ਹਾਲੇ ਉੱਥੇ ਵੀ ਚੂ ਚੂ ਕਰੀ ਜਾਂਦੀ। ਲਓ ਜੀ ਕਹਿੰਦੇ ਅੰਦਰ ਬਹਿ ਕੇ ਰੋਟੀ ਖਾਣੀ ਆ, ਬਾਹਰੇ ਮੱਛਰ ਬਹੁਤ ਆ। ਲਓ ਜੀ ਨਾਲ ਨਾਲ ਬਲੌਗ ਵੀ ਦੇਖਣਾ ਕਹਿੰਦੇ, ਰੋਟੀ ਵੀ ਖਾਣੀ ਆ, ਤੇ ਤੁਸੀਂ ਮੈਨੂੰ ਲਾ ਸਾਰਿਆਂ ਨੇ ਬਲੌਗ ਵੀ ਦੇਖਣਾ, ਰੋਟੀ ਵੀ ਖਾਂਦੇ ਹੋਵੋਗੇ, ਅਸੀਂ ਵੀ ਖਾਲੀ ਰੋਟੀ ਮਿਲਦੇ ਹਾਂ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਫਟਾਫਟ, ਲੈ ਸ਼ੇਅਰ ਕਰ ਦਿਓ ਵੀਡੀਓ। ਲਓ ਜੀ ਹੁਣ ਅਸੀਂ ਚੱਲੇ ਹਾਂ ਘਰ, ਤਾਂ ਅਸੀਂ ਆਪਣਾ ਚੱਗੂ ਬਾਏ, ਇਹਨੂੰ ਲੈ ਜਾਓ ਇਹ ਸਾਨੂੰ ਤਿਆਰ ਆ। ਇੱਧਰ ਚਲੋ ਚਲੋ ਇੱਧਰ 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 ਸੱਗੂ ਫਸ ਗਈ ਇੱਧਰ, ਇਹਨੂੰ ਚੱਕਰ ਆਉਣ ਲੱਗ ਗਏ, ਲੈ ਇਹਨੂੰ ਤਾਂ ਫੜ ਕੇ ਲਿਜਾਣਾ ਪੈ ਰਿਹਾ ਇੱਧਰ। ਲਓ ਜੀ ਥੋੜਾ ਜਿਹਾ ਤੁਰਨ ਵਾਲਾ ਜੀ, ਇਹਨੂੰ ਲੱਗ ਗਏ ਚੱਕਰ ਆਉਣ, ਤੇ ਹੁਣ ਅਸੀਂ ਕਰਦੇ ਹਾਂ ਬੀਪੀ ਚੈੱਕ, ਤੇ ਬਲੌਗ ਨੂੰ ਵੀ ਇੱਥੇ ਐਂਡ ਕਰਦੇ ਹਾਂ। ਜਲਦ ਜਿਹਨੇ ਲਾਈਕ ਨਹੀਂ ਕੀਤਾ, ਸ਼ੇਅਰ ਨਹੀਂ ਕੀਤਾ, ਸ਼ੇਅਰ ਕਰ ਦੇਣਾ। ਹਾਂਜੀ ਬਾਏ, ਟੇਕ ਕੇਅਰ, ਬਾਏ, ਟੇਕ ਕੇਅਰ। ਡਾਕਟਰ ਸਾਹਿਬ ਆ ਗਏ, ਡਾਕਟਰ ਸਾਹਿਬ ਬੀਬੀ ਜਾ ਕਰ ਦਿਓ ਡਾਕਟਰ ਸਾਹਿਬ। ਲਓ ਜੀ ਇਹ ਬਿਮਾਰੀ ਦਾ ਘਰ ਸਾਡਾ, ਇਹ ਨਹੀਂ ਲੋਟ ਆਉਂਦੀ, ਇੰਨਾ ਤਾਂ ਰਵੀ ਨਹੀਂ ਔਖਾ ਹੋਇਆ ਡੇਂਗੂ 'ਚ।